ਇੱਥੇ ਉਹ ਦਿਨ ਇੱਕ ਤਰ੍ਹਾਂ ਦਾ ਇੱਕ ਤਾਂ ਸੁਪਨਾ ਬਣ ਕੇ ਉੱਡ ਗਏ, ਜਿਹੜੇ ਕਿੰਨਾ ਵਧੀਆ ਖੁਸ਼ੀਆਂ ਦਾ, ਕਿੰਨੀਆਂ ਖੁਸ਼ੀਆਂ ਹੁੰਦੀਆਂ ਸੀ ਉਸ ਘਰ ਦੇ ਵਿੱਚ, ਅਤੇ ਜੋ ਅੱਜ ਉਹ ਘਰ ਇੱਕ ਇੱਕ ਤਰ੍ਹਾਂ ਦਾ ਕੰਧਾਂ ਘਰ ਬਣ ਕੇ ਜਾ ਉੱਜੜੇ ਘਰ ਬਣ ਕੇ ਰਹਿ ਗਏ ਆ। ਅੱਜ ਘਰ ਦੇ ਵਿੱਚ ਕੋਈ ਨਹੀਂ, ਇੱਕ ਇਕੱਲੀ ਮਾਂ ਬੈਠੀ ਆ ਮੰਜੇ 'ਤੇ, ਉਹਨੂੰ ਦੇਖਣਾ ਚੰਗਾ ਨਹੀਂ ਲੱਗਦਾ। ਇੱਥੇ ਤਾਂ ਹੁਣ ਦੇਖੋ ਤੁਸੀਂ ਕਿਸਾਨ, ਮਤਲਬ ਹੁਣ ਆਪਣਾ ਖੇਤੀ ਵਾਲਾ ਕੰਮ ਵੀ ਜੇ ਆਪਾਂ ਦੇਖੀਏ ਵੱਧ ਜ਼ਿਆਦਾ ਟਾਈਮ ਨਹੀਂ ਚੱਲਣਾ ਜੀ। ਇਸ ਲਈ ਹੁਣ ਹਰੇਕ ਦਾ ਸੁਪਨਾ ਇਹੀ ਆ ਵੀ ਮੈਂ ਬਾਹਰ ਜਾ ਕੇ ਕਿਤੇ ਸੈਟਲ ਹੋਣਾ। ਕੋਈ ਸਟੱਡੀ ਬੇਸ 'ਤੇ ਜਾਂਦਾ, ਕੋਈ 2 ਨੰਬਰ ਬੇਸ 'ਤੇ ਜਾਂਦਾ, ਕੋਈ ਵਿਆਹ ਕਰਾ ਕੇ ਜਾਂਦਾ, ਹਰੇਕ ਦੀ ਕੋਸ਼ਿਸ਼ ਇਹੀ ਆ ਵੀ ਮੈਂ ਇੰਡੀਆ ਤੋਂ ਬਾਹਰ ਰਹਿਣਾ ਜਾ। ਦੇਰ ਇਜ਼ ਸੱਚ ਐਨ ਆਲਮੋਸਟ ਐਬਸੋਲੂਟ ਐਬਸੈਂਸ ਆਫ ਮੈਨ। ਦ ਹਾਊਸ ਹੋਲਡ ਨੋ ਲੋਂਗਰ ਬਿਕਮਸ ਵਨ ਇਨ ਵਿੱਚ ਐਗਰੀਕਲਚਰ ਕੰਟੀਨਿਊਸ ਇਨ ਅ ਸੋਰਟ ਆਫ ਨੋਨ ਵੇ। You know, your lands are either rented out, more or less sold off, even sometimes to finance the migration. So that sort of quite sort of changed the dynamics of how the village looks even nowadays, you know. 80 saal nu upar naale hain, pata nahi kede vel hun main keh dinni hai ki mainu roleo na, main inna nu keh dinni ki asal mein tan sadyo na mandir nu, ਵੀ ਬਾਅਦ 'ਚ ਵੀ ਦੱਸ ਦੇ ਵੀ ਚੱਲ ਤੇਰੀ ਮਾਂ ਜਾਂ ਮੰਮੀ ਤੇਰੀ ਬੀਬੀ ਮਰ ਗਈ, ਇਹ ਨਾ ਹੋਵੇ ਬੀਬੀ ਇੱਥੇ ਪਾਈ ਰੱਖੂੰ 3 ਦਿਨ। ਸੱਚੀ ਗੱਲ ਹੈ।